to my channel i'm jocelyn chima and today we will discuss how will you get job at team horton and what are the questions are asked by the interviewer at the time of interview so without wasting any time let's get started so what's the team horton i think everybody knows but to those who don't know i want to explain a little bit ਲਾਈਕ ਟਿਮ ਹੋਟਨ ਕੈਨੇਡੀਅਨ ਇੰਟਰਨੈਸ਼ਨਲ ਰੈਸਟੋਰੈਂਟ ਹੈ ਜਿਹਦੇ ਵਿੱਚ ਡੋਨਰਸ ਕਾਫੀਸ ਐਂਡ ਰੈਪਸ ਐਦਾਂ ਦੀ ਬਹੁਤ ਸਾਰੀ ਚੀਜ਼ਾਂ ਮਿਲਦੀਆਂ ਨੇ ਇੰਟਰਨੈਸ਼ਨਲ ਸਟੂਡੈਂਟ ਪ੍ਰੈਫਰ ਟੂ ਵਰਕ देयर ਬਟ ਦਾ ਪੁਆਇੰਟ ਇਸ ਜੌਬ ਲੈਣੀ ਕਿਤਾ ਸੋ ਟਿਮ ਹੋਟਨ ਚ ਅਪਲਾਈ ਕਰਨ ਦੇ ਬਹੁਤ ਜੇ ਤਰੀਕੇ ਨੇ ਜਿਵੇਂ ਤੁਸੀਂ ਇੰਡੀਟ ਤੇ ਅਪਲਾਈ ਕਰ ਸਕਦੇ ਹੋ ਇਨ ਪਰਸਨ ਜਾ ਕੇ ਅਪਲਾਈ ਕਰ ਸਕਦੇ ਹੋ ਤੇ ਜੇ ਤੁਹਾਡਾ ਕੋਈ ਫਰੈਂਡ ਟਿਮ ਹੋਟਨ ਚ ਲੱਗਾ ਹੋਇਆ ਤੇ ਤੁਸੀਂ ਉਹਦੀ ਰੈਫਰੈਂਸ ਵੀ ਪਵਾ ਸਕਦੇ ਹੋ ਰੈਫਰੈਂਸ ਨਾਲ ਵੀ ਬਹੁਤ ਜਲਦੀ ਆਪਾਂ ਨੂੰ ਜੌਬ ਮਿਲ ਜਾਂਦੀ ਹੈ ਇੱਕ ਬਹੁਤ ਸਟਰੋਂਗ ਪੁਆਇੰਟ ਆ ਰੈਫਰੈਂਸ ਹਮੇਸ਼ਾ ਟੀਮ ਹੋਟਲ ਦੇ ਬਾਅਦ ਲਿਖਿਆ ਹੁੰਦਾ ਡੈਟ ਵੀ ਆਰ ਹਾਇਰਿੰਗ ਚਲ ਵੀ ਉੱਥੇ ਲਿਖਿਆ ਹੋਸਨ ਆਪਣਾ ਰੈਜ਼ਿਊਮੇ ਡ੍ਰੌਪ ਕਰ ਦਿਓ ਟਰਾਈ ਕਰੋ ਕਿ ਤੁਹਾਡੀ ਗੱਲ ਮੈਨੇਜਰ ਨਾਲ ਹੋਵੇ ਸੋ ਡੈਟ ਤੁਹਾਡੇ ਜ਼ਿਆਦਾ ਚਾਂਸਸ ਹੋਣ ਹਾਇਰਿੰਗ ਦੇ ਸੈਕੰਡ ਆਪਸ਼ਨ ਆਪਣੇ ਕੋਲ ਏ ਹੈ ਕਿ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਥਰੂ ਇੰਡੀਡ ਮੌਨਸਟਰ ਲਿੰਕਡਇਨ देयर ਸੋ ਮੈਨੀ ਐਪਸ ਜਿਹੜੇ ਥਰੂ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਕੋਈ ਕਸਟਮਰ ਐਕਸਪੀਰੀਅੰਸ ਹੈ ਤੁਰਕੋ ਕੋ ਕੈਸ਼ੀਅਰ ਐਕਸਪੀਰੀਅੰਸ ਹੈ ਇਹ ਹੋਰ ਵੀ ਕੋਈ ਐਕਸਪੀਰੀਅੰਸ ਹੈ ਤਾਂ ਤੁਸੀਂ ਜ਼ਰੂਰ ਆਪਣੇ ਰੈਜ਼ੂਮੇ ਦੇ ਵਿੱਚ ਮੈਂਸ਼ਨ ਕਰੋ ਬਿਕਾਜ਼ ਉਹਨਾਂ ਨੂੰ ਜ਼ਿਆਦਾ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਬਾਕੀਆਂ ਨਾਲੋਂ ਜਿਨ੍ਹਾਂ ਕੋਲ ਟਿਮ ਹੋਟਲ ਦਾ ਕੋਈ ਐਕਸਪੀਰੀਅੰਸ ਨਹੀਂ ਹੈ ਸੋ ਇਹ ਚੀਜ਼ਾਂ ਦਾ ਧਿਆਨ ਰੱਖੋ ਤੇ ਗਾਈਜ਼ ਹੁਣ ਆਪਾਂ ਆਨੀਆ ਕੁਐਸਚਨਿੰਗ ਪਾਰਟ ਤੇ ਇੱਕ ਚੀਜ਼ ਦਾ ਧਿਆਨ ਰੱਖਿਓ ਇਹ ਕੋਈ ਹਵਾ ਨਹੀਂ ਹੈ ਜਸਟ ਕੌਨਫिडेंट ਹੋ ਕੇ ਆਪਣੇ ਹਰੇਕ ਆਂਸਰ ਦਾ ਰਿਪਲਾਈ ਕਰਿਓ ਉਹ ਸਿਰਫ ਥੋੜਾ ਕੌਨਫिडੈਂਸ ਲੈਵਲ ਚੈੱਕ ਕਰਦੇ ਨੇ ਕਿ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ ਥ ਇੰਗਲਿਸ਼ ਪੀਪਲ ਨਾਲ ਬੇਸਿਕਲੀ ਟਿਮ ਦੀ ਕੁਐਸਚਨਿੰਗ ਬਹੁਤ ਹੀ ਈਜ਼ੀ ਹੁੰਦੀ ਹੈ ਜੇ ਤੁਹਾਡੇ ਕੋਲ ਪਹਿਲਾ ਐਕਸਪੀਰੀਅੰਸ ਹੁੰਦਾ ਹੈ ਤਾਂ ਉਹ ਤੁਹਾਨੂੰ ਪੁੱਛਦੇ ਨੇ ਪਹਿਲੇ ਐਕਸਪੀਰੀਅੰਸ ਬਾਰੇ ਸਭ ਕੁਝ ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੁੰਦਾ ਤਾਂ ਸਿਰਫ ਉਹ ਤੁਹਾਡੇ ਤੋਂ ਨੋਰਮਲ ਕੁਐਸਚਨਿੰਗ ਕਰਦੇ ਨੇ ਸੋ 댓 ਉਹ ਤੁਹਾਡੀ ਇੰਗਲਿਸ਼ ਦਾ ਪਤਾ ਕਰ ਸਕਣ ਕਿ ਤੁਸੀਂ ਐਲੀਜੀਬਲ ਹੋ ਪਹਿਲਾ ਕੁਐਸਚਨ ਇਹ ਪੁੱਛਿਆ ਜਾਂਦਾ ਹੈ ਕਿ ਸਾਨੂੰ ਤੁਸੀਂ ਆਪਣੇ ਬਾਰੇ ਦੱਸੋ lettes us know about yourself or tell me something about yourself ਤਾਂ try ਕਰੋ ਕਿ ਤੁਸੀਂ ਆਪਣਾ ਬੈਕਗਰਾਉਂਡ ਥੋੜਾ ਬਹੁਤਾ ਦੱਸੋ ਤੇ ਜ਼ਿਆਦਾ ਤੁਸੀਂ ਆਪਣਾ ਵਰਕ ਐਕਸਪੀਰੀਅੰਸ ਬਾਰੇ ਦੱਸੋ ਕਿ ਤੁਹਾਡੇ ਕੋਲ ਕੋਈ ਪਾਰਟिकुलर ਐਕਸਪੀਰੀਅੰਸ ਹੈ ਤੁਹਾਡੇ ਕੋਲ ਕੋਈ ਕੈਸ਼ੀਅਰ ਐਕਸਪੀਰੀਅੰਸ ਹੈ ਕੋਈ ਟਿਮ ਹਾਟ ਏ ਚੀਜ਼ਾਂ ਨੂੰ ਵੱਧ ਤੋਂ ਵੱਧ ਐਕਸਪਲੇਨ ਕਰੋ ਇਫ ਯੂ ਹੈਵ ਐਨੀ ਕਾਈਂਡ ਆਫ ਐਕਸਪੀਰੀਅੰਸ ਇਨ ਥਿਸ ਟਿਮ ਹਾਟਨ ਦੀ ਇੱਕ ਪੋਲਿਸੀ ਹੈ ਕਿ ਕਸਟਮਰ ਹਮੇਸ਼ਾ ਰਾਈਟ ਹੁੰਦਾ ਹੈ ਉਹ ਥੋੜਾ ਤੋਂ ਕੁਝ ਕੰਡੀਸ਼ਨ ਪੁੱਛਣਗੇ ਕਿ ਬਾਈ ਚਾਂਸ ਅਗਰ ਥੋੜਾ ਨਾਲ ਇਹ ਹੋ ਜਾਵੇ ਤਾਂ ਤੁਸੀਂ ਕਿੱਦਾਂ ਰਿਐਕਟ ਕਰੋਗੇ ਸੋ ਇੰਟਰਵਿਊ ਦੇ ਵਿੱਚ ਕੁਝ ਐਜ ਐ ਕੁਐਸ਼ਨ ਪੁੱਟ ਕਰਦੇ ਨੇ ਲਾਈਕ ਜੇ ਕੋਈ ਕਸਟਮਰ ਤੁਹਾਨੂੰ ਕੋਈ ਗਲਤ ਕੌਫੀ ਦੱਸ ਦੇ ਜਾਂ ਕਸਟਮਰ ਇੱਕ ਕੌਫੀ ਆਰਡਰ ਕੀਤੀ ਹੈ ਜੋ ਆਪਾਂ ਉਹਨੂੰ ਦੇਤੀ ਬਟ ਉਹ ਕਸਟਮਰ ਕਹੇ ਕਿ ਨਹੀਂ ਮੈਂ ਆ ਕੌਫੀ ਨਹੀਂ ਸੀ ਮੰਗੀ ਦੈਨ ਤੁਸੀਂ ਕੀ ਕਰੋਗੇ ਉੱਥੇ ਆਪਣਾ ਆਨਸਰ ਇਹ ਹੋਣਾ ਚਾਹੀਦਾ ਹੈ ਕੀ ਜੇ ਕਸਟਮਰ ਜੋ ਕਹਿੰਦਾ ਉਹ ਰਾਈਟ ਹੈ ਆਪਰੋਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਉਹਦੀ ਕੌਫੀ ਫਿਕਸ ਕਰਕੇ ਦੇਣੀ ਪੈਣੀ ਹੈ ਆਪਾਂ ਨੂੰ ਸਿਰਫ ਇੱਥੇ ਇਹੀ ਸਿਖਾਇਆ ਜਾਂਦਾ ਕਿ ਤੁਹਾਡੇ ਫੇਸ ਤੇ ਹਮੇਸ਼ਾ ਸਮਾਈਲ ਰਹੇ ਤੁਸੀਂ ਉੱਥੇ ਆਰਗੂਮੈਂਟ ਨਹੀਂ ਕਰ ਸਕਦੇ ਕਸਟਮਰ ਨਾਲ ਅਨਦਰ ਕੁਐਸਚਨ ਦੇ ਆਸਕ ਕਿ ਤੁਸੀਂ ਇੱਥੇ ਕੰਮ ਕਿਉਂ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਆਪ ਹੀ ਆਨਸਰ ਦੇਣਾ ਪੈਣਾ ਕਿ ਤੁਸੀਂ ਉੱਥੇ ਕੰਮ ਕਿਉਂ ਕਰਨਾ ਚਾਹੁੰਦੇ ਹੋ ਬਟ ਆਈ ਸੁਜੈਸਟ ਕਿ ਤੁਸੀਂ ਉਹਨਾਂ ਨੂੰ ਦਿਖਾਓ ਕਿ ਤੁਸੀਂ ਕਿੰਨੇ ਕ ਐਕਸਾਈਟਿਡ ਹੋ ਉੱਥੇ ਕੰਮ ਕਰਨ ਲਈ ਫੋਰ ਇਗਜ਼ਾਮਪਲ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਬਹੁਤ ਐਕਸਾਈਟਡ ਹਾਂ ਉੱਥੇ ਕੰਮ ਕਰਨ ਲਈ ਤੇ ਜਦ ਵੀ ਮੈਂ ਟੀਮ ਹੋਟਲ ਦੇ ਯੂਨੀਫਾਰਮ ਪਾ ਕੇ ਬਾਕੀਆਂ ਨੂੰ ਵੇਖਦੀ ਸੀ ਤਾਂ ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਟੀਮ ਹੋਟਲ 'ਚ ਕੰਮ ਕਰਾਂ ਤੇ ਮੈਂ ਡਿਸਾਈਡ ਕੀਤਾ ਸੀ ਕਿ ਮੈਂ ਇੱਕ ਦਿਨ ਟੀਮ ਹੋਟਲ 'ਚ ਕੰਮ ਜ਼ਰੂਰ ਕਰੂੰਗੀ ਐਦਾਂ ਹੀ ਮੈਂ ਉਹਨਾਂ ਨੂੰ ਕੁਛ ਐਦਾਂ ਦਾ ਆਨਸਰ ਦਿੱਤਾ ਕਿ ਆਪਣੀ ਐਕਸਾਈਟਮੈਂਟ ਸ਼ੋਅ ਕੀਤੀ ਉਹਨਾਂ ਨੂੰ ਵੀ ਥੋੜਾ ਰਿਲਾਈਜ਼ ਹੋਵੇ ਕਿ ਹਾਂ ਇਹਨਾਂ ਨੂੰ ਜੋਬ ਦੀ ਵੀ ਲੋੜ ਹੈ ਤੇ ਇਹਨਾਂ ਨੂੰ ਇੰਟਰਸਟ ਵੀ ਹੈ ਸੋ 댓 ਇੰਟਰਵਿਊ 'ਨਲ ਵੈਸੇ ਵੀ ਬੰਦਾ ਹਰ ਇੱਕ ਚੀਜ਼ ਜਲਦੀ ਸਿੱਖ ਲੈਂਦਾ ਸੋ ਉਹਨਾਂ ਨੂੰ ਸ਼ੋ ਕਰੋ ਕਿ ਤੁਸੀਂ ਵਾਈਲ ਇੰਟਰਵਿਊ ਦੇ ਵਿਲ ਪੁਟਸ ਯੂ ਇਨ ਅ ਸਿਚੁਏਸ਼ਨ ਕਿ ਜੇ ਕੋਈ ਕਸਟਮਰ ਤੁਹਾਡਾ ਰੂਡ ਹੈ ਤਾਂ ਤੁਸੀਂ ਕਿੱਦਾਂ ਦਾ ਰਿਐਕਟ ਕਰੋਗੇ ਸੋ ਆਪਣਾ ਆਨਸਰ ਕੁਝ ਇਦਾਂ ਦਾ ਹੋਣਾ ਚਾਹੀਦਾ ਹੈ ਕਸਟਮਰ ਆਪਣੇ ਨਾਲ ਰੂਡ ਬੋਲ ਰਿਹਾ ਹੈ ਤਾਂ ਉੱਥੇ ਕੁਝ ਰਿਐਕਟ ਨਾ ਕਰੋ ਜਸਟ ਲਿਟਲ ਬਿਟ ਸਮਾਈਲ ਔਨ ਯੋਰ ਫੇਸ ਐਂਡ ਜਿਹੜਾ ਉਹ ਆਰਡਰ ਮੰਗ ਰਿਹਾ ਉਹਨਾਂ ਨੂੰ ਦੇ ਦਿਓ ਤੇ ਹੋਰ ਉਹਨਾਂ ਨਾਲ ਕੋਈ ਆਰਗੂਮੈਂਟ ਕਰਨ ਦੀ ਕੋਸ਼ਿਸ਼ ਨਾ ਕਰੋ ਕੁਝ ਨਹੀਂ ਜਸਟ ਇਹ ਚੀਜ਼ ਧਿਆਨ ਚ ਰੱਖੋ ਕਿ ਆਪਾਂ ਹਮੇਸ਼ਾ ਕਸਟਮਰ ਨੂੰ ਖੁਸ਼ ਕਰਕੇ ਹੀ ਭੇਜਣਾ ਜੇ ਇੰਟਰਵਿਊਰ ਤੁਹਾਨੂੰ ਕਹਿੰਦਾ ਕਿ ਅਸੀਂ ਤੁਹਾਨੂੰ ਕਿਉਂ ਹਾਇਰ ਕਰੀਏ ਤੁਹਾਡੇ ਚ ਐਜੀ ਕੀ ਖਾਸੀਅਤ ਹੈ ਕਿ ਅਸੀਂ ਤੁਹਾਨੂੰ ਕਿਉਂ ਹਾਇਰ ਕਰੀਏ ਤਾਂ ਤੁਸੀਂ ਉੱਥੇ ਇਹਦਾ ਆਨਸਰ ਕੁਝ ਇਸ ਤਰ੍ਹਾਂ ਦੇ ਸਕਦੇ ਹੋ ਕਿ ਜਿਹੜੀ ਵੀ ਚੀਜ਼ ਉਹਥੇ ਰਿਕੁਆਇਰਮੈਂਟ ਹੁੰਦੀ ਹੈ ਫੋਰ ਐਗਜ਼ਾਮਪਲ ਟੀਮ ਹੋਟਲ ਦੇ ਵਿੱਚ ਆਪਾਂ ਨੂੰ ਬੰਦਾ ਉਹ ਚਾਹੀਦਾ ਜੋ ਬਹੁਤ ਹੀ ਫਾਸਟ ਹੋਵੇ ਪ੍ਰੈਜ਼ੈਂਸ ਆਫ ਮਾਈਂਡ ਹੋਵੇ ਜਿਹਦੇ ਕੋਲ ਸੋ ਟਰਾਈ ਕਰੋ ਕਿ ਆਪਣਾ ਆਨਸਰ ਵੀ ਉਸੇ ਹਿਸਾਬ ਨਾਲ ਮੋਲਡ ਕਰੋ ਉਹਨਾਂ ਨੂੰ ਕਹੋ ਕਿ ਮੈਂ ਕੰਮ ਕਰਨ ਚ ਬਹੁਤ ਫਾਸਟ ਆ ਮੇਰਾ ਮੈਂ ਬਹੁਤ ਕੈਚੀ ਆ ਮੇਰੀ ਮਾਰਕ ਚ ਬਹੁਤ ਜਲਦੀ ਹਰੇਕ ਗੱਲ ਫਿੱਟ ਹੋ ਜਾਂਦੀ ਹੈ ਬਹੁਤ ਜ਼ਿਆਦਾ ਕੰਫੀਡੈਂਟ ਆ ਕਿ ਮੈਂ ਈਜ਼ੀਲੀ ਹਰੇਕ ਦੇ ਆਨਸਰ ਦੇ ਸਕਦਾ ਕਸਟਮਰ ਨੂੰ ਹੈਂਡਲ ਕਰ ਸਕਦਾ ਆਈ ਹੈਵ ਦੈਟ ਸਕਿੱਲ ਫਾਰਮਲ ਕੁਐਸਚਨ ਵੀ ਕਰਦੇ ਆ ਉਹ ਤੋਂ ਤੋਂ ਨੋਰਮਲ ਕੁਐਸਚਨ ਵੀ ਕਰਦੇ ਨੇ ਤੁਹਾਡੀ ਸਕੂਲਿੰਗ ਆ ਤੁਹਾਡੇ ਕਾਲਜ ਅਕੋਰਡਿੰਗ ਵੀ ਤੁਹਾਡਾ ਕਾਲਜ ਕਿਹੜਾ ਹੈ ਕਿੰਨਾ ਸਮੈਸਟਰ ਚੱਲ ਰਿਹਾ ਕਿਹੜੀ ਕਿਹੜੀ ਦਿਨ ਤੁਹਾਡੀ ਕਲਾਸਾਂ ਹੁੰਦੀਆਂ ਨੇ ਤੇ ਕਿਸ ਦਿਨ ਤੁਹਾਡੀ ਅਵੇਲੇਬਿਲਟੀ ਹੁੰਦੀ ਹੈ ਉਹ ਨਾਲ ਦੀ ਨਾਲ ਨੋਟ ਡਾਉਨ ਕਰਦੇ ਰਹਿੰਦੇ ਨੇ ਤੇ ਜੇ ਉਹ ਤੁਹਾਨੂੰ ਹਾਇਰ ਕਰਦੇ ਨੇ ਤਾਂ ਉਸ ਅਕੋਰਡਿੰਗ ਉਹ ਤੁਹਾਨੂੰ ਸ਼ਿਫਟਸ ਦਿੰਦੇ ਨੇ ਤੁਹਾਡਾ ਸਕੈਡਿਊਲ ਉਸਾਰ ਨਾਲ ਬਣਾਉਂਦੇ ਨੇ ਸੋ ਚਲ ਵੀ ਤੁਸੀਂ ਇੰਟਰਵਿਊ ਦਵੋ ਤਾਂ ਸਭ ਸੱਚ ਸੱਚ ਦੱਸਿਓ ਕਿਉਂਕਿ ਜੇ ਤੁਸੀਂ ਉਸ ਦਿਨ ਆਪਣੀ ਕਲਾਸ ਆਫ ਦੱਸਤੀਆਂ ਕਿ ਨਹੀਂ ਹੈ ਤੇ ਉਹਨਾਂ ਨੇ ਉਸੇ ਦਿਨ ਦਾ ਸਕੈਡਿਊਲ ਸੈੱਟ ਕਰਤਾ ਤਾਂ ਬਾਅਦ ਵਿੱਚ ਤੁਹਾਨੂੰ ਦਿੱਕਤ ਆ ਸਕਦੀ ਹੈ ਸੋ ਇਹ ਚੀਜ਼ ਦਾ ਧਿਆਨ ਰੱਖਿਓ ਨਾਲੇ ਉਹ ਥੋੜ੍ਹਤੋ ਇਹ ਵੀ ਪੁੱਛਦੇ ਨੇ ਕਿ ਤੁਸੀਂ 8 ਘੰਟੇ ਖੜ੍ਹੇ ਘੰਟੇ ਖੜ੍ਹ ਕੇ ਕੰਮ ਕਰ ਲੋਗੇ ਸੋ ਗਾਇਸ ਹਮੇਸ਼ਾ ਯੈਸ ਚ ਆਨਸਰ ਦੇਣਾ ਹੈ ਜੇ ਤੁਸੀਂ ਨਹੀਂ ਵੀ ਖੜ ਸਕਦੇ ਤਾਂ ਵੀ ਤੁਸੀਂ 네ਗੇਟਿਵ ਆਨਸਰ ਨਹੀਂ ਦੇਣਾ ਬਿਕਾਜ਼ ਉਹ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਆਪਣੇ ਸਾਰੇ ਆਨਸਰ ਪੋਜ਼ਿਟਿਵਿਟੀ ਚ ਦੋ ਜਸ ਸੈਡ ਯੈਸ ਤੇ ਆਪਣੇ ਆਪ ਨੂੰ ਫਲੈਕਸੀਬਲ ਸ਼ੋ ਕਰੋ ਕਿ ਹਾਂਜੀ ਮੈਂ ਸਾਰੇ ਕੰਮ ਕਰ ਸਕਦਾ ਆਈ ਕੈਨ ਫੇਸ ਦੀ ਚੈਲੰਜ